ਡੀਵੀਕੇ ਕੇਂਦਰੀ ਖੇਤੀ ਕਾਨੂੰਨ ਪਾਸ ਹੋਣ ਤੋਂ ਬਾਅਦ ਪੰਜਾਬ 'ਚ ਲਗਾਤਾਰ ਕਿਸਾਨਾਂ ਦਾ ਸੰਘਰਸ਼ ਜਾਰੀ ਹੈ ਤੇ ਨਾਲ ਹੀ ਸਿਆਸਤ ਵੀ ਜ਼ੋਰਾਂ ਤੇ ਹੈ। ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵੱਡਾ ਹਮਲਾ ਬੋਲਿਆ। ਉਹ ਕਹਿੰਦੇ ਨੇ ਕਿ ਪੰਜਾਬ ਸਰਕਾਰ ਤੇ ਕੈਪਟਨ ਅਮਰਿੰਦਰ ਸਿੰਘ ਤਾਂ ਸਿੱਧੇ ਤੌਰ ਤੇ ਕੇਂਦਰ ਦੇ ਨਾਲ ਰਲ ਮਿਲ ਕੇ ਚੱਲਦੇ ਨੇ ਤੇ ਕੋਈ ਹੈਰਾਨੀ ਨਹੀਂ ਹੋਵੇਗੀ ਜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੀਜੇਪੀ ਦੇ ਨਾਲ ਅਲਾਇੰਸ ਕਰ ਜਾਣ। ਸਾਡੇ ਨਾਲ ਪੰਜਾਬ ਦੇ ਕੈਬਨਿਟ ਮੰਤਰੀ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਮੌਜੂਦ ਨੇ। ਕਾਂਗੜ ਸਾਹਿਬ, ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਕਿ ਤੁਸੀਂ ਇਸ ਕਰਕੇ ਤੁਹਾਡੀ ਸਰਕਾਰ ਉਹੀ ਕਰ ਰਹੀ ਹੈ ਜਿਹੜਾ ਕੇਂਦਰ ਨੂੰ ਸੂਟ ਕਰਦਾ। ਕੇਂਦਰੀ ਬਿੱਲਾਂ ਦੇ ਵਿੱਚ ਅਮੈਂਡਮੈਂਟ ਕੀਤੀ ਜਿਹੜੀ ਪਤਾ ਸੀ ਅੱਗੇ ਜਾ ਕੇ ਫਸ ਜਾਣੀ ਹੈ। ਤੁਹਾਡੀ ਆਪਣੀ ਸਰਕਾਰ ਹੈ ਛੱਤੀਸਗੜ੍ਹ ਦੇ ਵਿੱਚ ਕਾਂਗਰਸ ਦੀ, ਉਹਨਾਂ ਨੇ ਉਹ ਐਕਟ ਬਣਾਇਆ, ਪੂਰੇ ਸਟੇਟ ਨੂੰ ਮੰਡੀ ਬਣਾਇਆ ਜਿਹੜੀ ਅਕਾਲੀ ਦਲ ਮੰਗ ਕਰਦਾ ਸੀ। ਉਹ ਆਉਂਦੇ ਵੀ ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਦੀ ਨੀਅਤ 'ਤੇ ਸ਼ੱਕ ਹੈ ਅਤੇ ਜੇ ਬੀਜੇਪੀ ਜਾ ਵੜਨ ਤਾਂ ਕੋਈ ਹੈਰਾਨੀ ਨਹੀਂ ਹੋਏਗੀ। ਵੇਖੋ, ਜਿਹੜੀ ਰਾਜਨੀਤੀ ਇਸ ਸਮੇਂ ਪੰਜਾਬ ਦੇ ਵਿੱਚ, ਜੋ ਸੁਖਬੀਰ ਸਿੰਘ ਬਾਦਲ ਜੋ ਕੁਛ ਬੋਲ ਰਹੇ ਨੇ ਔਰ ਜਿਹੜੇ ਹਾਲਾਤਾਂ 'ਚ ਅੱਜ ਪੰਜਾਬ ਲੰਘ ਰਿਹਾ, ਬਹੁਤ ਤਰਸਯੋਗ ਹਾਲਾਤ ਨੇ ਇਸ ਵੇਲੇ ਕਿਸਾਨ ਦੇ ਵੀ ਅਤੇ ਸਰਕਾਰ ਦੇ ਵੀ। ਸੈਂਟਰ ਸਰਕਾਰ ਜੋ ਇਸ ਵੇਲੇ ਕਾਂਗਰਸ ਪਾਰਟੀ ਦੇ ਪੰਜਾਬ 'ਚ ਸਰਕਾਰ 'ਚ ਹੁੰਦਿਆਂ ਜੋ ਕੁਛ ਉਹ ਮਤਰੇਈ ਵਾਲਾ ਮਾਂ ਵਾਲਾ ਵਿਤਕਰਾ ਸਾਡੇ ਨਾਲ ਕਰ ਰਹੇ ਹੈ, ਉਹ ਅੱਜ ਸਾਰੇ ਦੁਨੀਆ ਨੂੰ ਪਤਾ ਹੈ। ਬੜੀ ਦੁੱਖ ਨਾਲ ਕਹਿਣਾ ਪੈਂਦਾ ਵੀ ਸਾਡਾ ਪੰਜਾਬ ਦਾ ਕਿਸਾਨ ਆ ਜਿਹੜਾ, ਜੋ ਸੈਂਟਰ ਦੇ ਵਿੱਚ ਉਹ ਬਿੱਲ ਲੈ ਕੇ ਉਹਨਾਂ ਦੇ ਖਿਲਾਫ ਜਿਹੜਾ ਪਾਸ ਕੀਤਾ, ਉਹ ਇੱਕ ਮੌਤ ਦੇ ਬਰੰਟ ਨੇ। ਔਰ ਇੱਥੋਂ ਤੱਕ ਮੋਦੀ ਸਰਕਾਰ ਪੰਜਾਬ ਅਤੇ ਪੰਜਾਬ ਦੀ ਸਰਕਾਰ ਨਾਲ ਇਹੋ ਜਿਹਾ ਰਗੜਨ 'ਤੇ ਲੱਗੀ ਹੋਈ ਹੈ ਜਿਵੇਂ ਕੁੰਡੇ 'ਚ ਆਪਾਂ ਚਟਨੀ ਬਣਾਉਂਦੇ ਹੁੰਦੇ ਨਾ, ਵੀ ਚਟਨੀ ਬਣਾਉਂਦੀ ਹੈ ਘਰਾਂ ਦੇ ਵਿੱਚ, ਉਵੇਂ ਉਹ ਸਰਕਾਰ ਦਾ ਵੀ ਕਚੂੰਬਰ ਕੱਢ ਰਿਹਾ ਹੈ ਅਤੇ ਪੰਜਾਬ ਦੇ ਕਿਸਾਨ ਦਾ ਵੀ ਕੱਢ ਰਿਹਾ। ਸੁਖਬੀਰ ਸਿੰਘ ਬਾਦਲ ਜਿਹੜੇ ਬੇਤੁਕੇ ਬਿਆਨ ਦੇਣ ਦੀਆਂ ਗੱਲਾਂ ਹੈ, ਉਹ ਇੱਥੋਂ ਪਤਾ ਲੱਗਦਾ ਵੀ ਉਹ ਆਪਣਾ ਸੰਤੁਲਨ ਜਿਹੜਾ ਉਹ ਗੁਆ ਬੈਠਾ ਹੈ। ਉਹ ਅੱਜ ਗੱਲ ਕਰਦਾ ਕੈਪਟਨ ਅਮਰਿੰਦਰ ਸਿੰਘ ਦੀ ਵੀ ਉਹ ਬੀਜੇਪੀ ਵਾਲਿਆਂ ਨਾਲ ਬੜਾ ਨੇੜਲਾ ਉਹਨਾਂ ਦਾ ਗੱਲਬਾਤ ਦਾ ਸਿਸਟਮ ਚੱਲ ਰਿਹਾ, ਕਿਤੇ ਅਲਾਇੰਸ ਕਰ ਸਕਦੇ ਹੈ। ਇਹ ਜਿਹੜੇ ਬੰਦੇ ਨੇ ਚੋਰ ਬਜ਼ਾਰੀ ਕੀਤੀ ਹੋਵੇ ਨਾ, ਇਹ ਦਾਅਵੇ 'ਚ ਉਹ ਨਹੀਂ ਆਉਂਦੇ ਆ। ਕੈਪਟਨ ਅਮਰਿੰਦਰ ਸਿੰਘ ਨੂੰ ਇਹੋ ਜਿਹੇ ਦਾਅਵੇ 'ਚ ਨਾ ਕਿਤੇ ਉਹਨੇ ਪਹਿਲਾਂ ਕੀਤੇ ਅਤੇ ਨਾ ਹੀ ਉਹ ਕਰੂਗਾ। ਅੱਜ ਵੀ ਪੰਜਾਬ ਦੇ ਕਿਸਾਨ ਦੇ ਨਾਲ, ਪੰਜਾਬ ਦੇ ਦੁਕਾਨਦਾਰ ਨਾਲ, ਪੰਜਾਬ ਦੇ ਇੰਡਸਟਰੀ ਨਾਲ ਜਿਹੜਾ ਮੋਢਾ ਤਾਣ ਕੇ ਅਤੇ ਹਿੱਕ ਤਾਣ ਕੇ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਅੜ ਕੇ ਮੂਹਰੇ ਸਾਥ ਦੇ ਰਿਹਾ, ਮੇਰੇ ਖਿਆਲ 'ਚ ਪੰਜਾਬ ਦੇ ਵਿੱਚ ਅੱਜ ਤੱਕ ਇਹੋ ਜਿਹਾ ਮੁੱਖ ਮੰਤਰੀ ਨਹੀਂ ਹੋਣਾ ਜਿਹੜਾ ਪੰਜਾਬ ਦੇ ਭਲੇ ਲਈ ਅਤੇ ਪੰਜਾਬ ਦੀ ਕਿਸਾਨੀ ਲਈ ਖੜਾ ਹੋਵੇ। ਕਾਂਗਰਸ ਸਾਹਿਬ, ਫਿਰ ਕੀ ਦਿੱਕਤ ਕੀ ਆ ਗਈ? ਦੇਖੋ, ਸੁਖਬੀਰ ਸਿੰਘ ਬਾਦਲ ਕਹਿੰਦਾ ਕਿ ਅਕਾਲੀ ਦਲ ਨੇ ਪਹਿਲਾਂ ਤੋਂ ਮੰਗ ਕੀਤੀ ਸੀ ਕਿ ਪੰਜਾਬ ਦੇ ਵਿੱਚੋਂ ਐਕਟ ਲਿਆਓ, ਪੂਰੇ ਸਟੇਟ ਨੂੰ ਮੰਡੀ ਐਲਾਨ ਕਰ ਦਿਓ, ਤੁਸੀਂ ਨਹੀਂ ਮੰਨੀ ਪੰਜਾਬ ਸਰਕਾਰ ਨੇ। ਤੁਹਾਡੀ ਕਾਂਗਰਸ ਪਾਰਟੀ ਦੀ, ਮੈਂ ਪਹਿਲਾਂ ਵੀ ਕਿਹਾ ਕਿ ਸਰਕਾਰ ਛੱਤੀਸਗੜ੍ਹ ਦੇ ਵਿੱਚ, ਉਹਨਾਂ ਨੇ ਉਹੀ ਐਕਟ ਜਿਹੜਾ ਹੈਗਾ ਲਾਗੂ ਕਰ ਦਿੱਤਾ। ਇਹਨਾਂ ਹਾਲਾਤਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਤੁਹਾਡੇ 'ਤੇ ਖਾਸ਼ੇ ਪ੍ਰਗਟ ਕਰਦੇ ਨੇ ਕਿ ਜੇ ਤੁਸੀਂ ਵਾਕਈ ਕਿਸਾਨ ਦੇ ਹਿਤੈਸ਼ੀ ਸੀ ਤਾਂ ਉਹ ਐਕਟ ਤੁਹਾਡੇ ਹੱਥ ਦੇ ਵਿੱਚ ਸੀਗਾ, ਪੰਜਾਬ ਸਰਕਾਰ ਦੇ ਹੱਥ ਦੇ ਵਿੱਚ ਸੀ, ਤੁਸੀਂ ਉਹਨੂੰ ਪਾਸ ਕਰ ਸਕਦੇ ਸੀ, ਉਹ ਰੁਕਣਾ ਨਹੀਂ ਸੀ। ਪਰ ਜਿਹੜਾ ਤੁਸੀਂ ਬਿੱਲ ਹੁਣ ਅਮੈਂਡ ਕੀਤੇ, ਉਹ ਤਾਂ ਫਸ ਗਏ ਨਾ ਗਵਰਨਰ ਸਾਹਿਬ ਦੇ ਕੋਲ ਜਾ ਕੇ, ਪਹਿਲਾਂ ਤੁਹਾਨੂੰ ਆਪ ਨਹੀਂ ਪਤਾ ਸੀ ਫਸ ਜਾਣੇ ਆ, ਤੇ ਫਿਰ ਤੁਸੀਂ ਉਹ ਕਿਉਂ ਨਹੀਂ ਕੀਤਾ? ਕੀ ਤੁਸੀਂ ਕ੍ਰੈਡਿਟ ਵਾਰ ਦੇ ਵਿੱਚ ਤਾਂ ਨਹੀਂ ਪੈ ਗਏ ਵੀ ਜੇ ਅਸੀਂ ਇਹ ਮੰਨ ਲੈਂਦੇ ਹਾਂ ਤਾਂ ਕਿਤੇ ਕ੍ਰੈਡਿਟ ਅਕਾਲੀ ਦਲ ਨੂੰ ਜਾਂ ਸੁਖਬੀਰ ਸਿੰਘ ਬਾਦਲ ਨੂੰ ਨਾ ਚਲਾ ਜਾਵੇ, ਤੇ ਇਸ ਕਰਕੇ ਅਸੀਂ ਇਹ ਨਹੀਂ ਕਰਨਾ ਗਾ, ਹੋਰ ਜੋ ਮਰਜ਼ੀ ਹੋ ਜੇ ਕਿਸਾਨ ਜਿੱਥੇ ਮਰਜ਼ੀ ਜਾਵੇ। ਪਹਿਲੀ ਗੱਲ ਤਾਂ ਜਿਹੜਾ ਅੱਜ ਪੰਜਾਬ ਦਾ ਸਮਾਂ ਚੱਲ ਰਿਹਾ, ਇਹਦੇ 'ਚ ਕੋਈ ਕ੍ਰੈਡਿਟ ਵਾਲੀ ਗੱਲ ਨਾ ਕੋਈ ਨਾ ਕਰੇ ਸਿਆਸੀ ਬੰਦਾ ਵੀ, ਜੇ ਉਹ ਮੈਂ ਅੱਜ ਵਜ਼ੀਰ ਹਾਂ ਜਾਂ ਸਾਡੀ ਕਾਂਗਰਸ ਪਾਰਟੀ ਦਾ ਰਾਜ ਭਾਗ ਹੈ, ਜੋ ਇਸ ਵੇਲੇ ਪੰਜਾਬ ਕ੍ਰਾਈਸਿਸ 'ਚ ਲੰਘ ਰਿਹਾ ਹੈ, ਇਮਾਨਦਾਰੀ ਨਾਲ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਜਿਹੜੇ ਸੰਕਟ ਦੇ ਵਿੱਚੋਂ ਸਾਨੂੰ ਸਾਰਿਆਂ ਨੂੰ ਇਹ ਕੱਢਣਾ ਪੈਣਾ। ਜੇ ਕ੍ਰੈਡਿਟ ਦੀ ਗੱਲ ਕਰਾਂਗੇ ਅਸੀਂ ਹੋਰ ਵੀ ਬੁਰੀ ਤਰ੍ਹਾਂ ਫਸ ਜਾਵਾਂਗੇ, ਨਾ ਤਾਂ ਸਾਡੇ ਮਨ ਦੇ ਵਿੱਚ ਜਾਂ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੇ ਮਨ ਦੇ ਵਿੱਚ ਕੋਈ ਐਸਾ ਪਾਪ ਸੀ ਵੀ ਮੈਂ ਇਹ ਨੰਬਰ ਬਣਾਉਣੇ ਹੈ, ਇਸ ਨੰਬਰਾਂ ਨਾਲ ਮੇਰੀ ਗੱਲ ਹੋਰ ਬਣੂਗੀ। ਉਹ ਪੰਜਾਬ ਦੇ ਕਿਸਾਨ ਦੇ ਨਾਲ ਜੋ ਵਕਤ ਦੇ ਵਿੱਚ ਇਸ ਵੇਲੇ ਉਹਨੂੰ ਕ੍ਰਾਈਸਿਸ 'ਚੋਂ ਕੱਢਣਾ ਚਾਹੁੰਦਾ, ਉਹ ਹਰ ਹਿੱਲਾ ਅਪਣਾ ਰਹੇ ਨੇ। ਸੁਖਬੀਰ ਸਿੰਘ ਬਾਦਲ ਕਹਿੰਦਾ ਵੀ ਮੇਰੇ ਕਹਿਣ 'ਤੇ ਨਹੀਂ ਕੀਤਾ, ਸੁਖਬੀਰ ਸਿੰਘ ਬਾਦਲ ਦਾ ਠੇਕਾ ਲਿਆ ਸਾਡੇ 'ਤੇ ਵੀ ਅਸੀਂ ਸੁਖਬੀਰ ਸਿੰਘ ਬਾਦਲ ਜੇ ਕਹੂਗਾ ਤਾਂ ਅਸੀਂ ਉਹਦੇ ਕਹਿਣ ਮੁਤਾਬਕ ਹੀ ਚੱਲਣਾ। ਕਿੱਡੇ ਕਿੱਡੇ ਜਿਹੜੇ ਕਾਨੂੰਨੀ ਸਲਾਹਕਾਰ ਕੈਪਟਨ ਅਮਰਿੰਦਰ ਸਿੰਘ ਨੇ 15 ਦਿਨ ਬਹਾ ਕੇ ਰੱਖੇ ਨੇ, ਔਰ ਕਿਤੇ ਬਰੀਕੀ ਦੇ ਵਿੱਚ ਕਿਹਾ ਵੀ ਕਿਤੇ ਕੋਈ ਗੜਬੜ ਨਾ ਹੋ ਜੇ, ਕੋਈ ਸਹੀ ਫੈਸਲਾ ਕੀਤਾ ਜਾਵੇ। ਵੇਖ ਵੇਖ ਪੰਜਾਬ ਦੇ ਕਿਸਾਨ ਦੀ ਰੋਟੀ ਦਾ ਮਸਲਾ ਸੀ, ਪੰਜਾਬ ਦੇ ਬੱਚਿਆਂ ਦੇ ਭਵਿੱਖ ਨਾਲ
ਉਹਨਾਂ ਦੀ ਰੋਟੀ ਰੋਜੀ ਦੇ ਹਰੇਕ ਪਰਿਵਾਰ ਦਾ ਮਸਲਾ ਸੀ ਜਿਹੜਾ ਫੈਸਲਾ ਕਰਨਾ। ਪੰਜਾਬ ਦਾ ਉਦਯੋਗ ਵੀ ਇਹਨਾਂ ਹਾਲਾਤਾਂ 'ਚ ਪਹੁੰਚ ਗਿਆ ਔਰ ਹਾਲਾਤ ਐਸੇ ਬਣ ਗਏ ਨੇ ਕਿ ਕਾਰੋਬਾਰੀ ਕਹਿੰਦੇ ਨੇ ਪਹਿਲਾਂ ਸਾਨੂੰ ਲੋਕਡਾਊਨ ਨੇ ਮਾਰੀ ਰੱਖਿਆ, ਹੁਣ ਸਾਨੂੰ ਨਾ ਕੱਚਾ ਮਾਲ ਆਉਂਦਾ ਅਤੇ ਜਿਹੜਾ ਕੁਝ ਤਿਆਰ ਕੀਤਾ ਸੀ ਉਹ ਸਾਡਾ ਪਿਆ ਖਰਾਬ ਹੋਈ ਜਾਂਦਾ, ਗਾਂਹ ਸਾਨੂੰ ਜੁਰਮਾਨੇ ਲੱਗੀ ਜਾਂਦੇ। ਵੇਖੋ ਇਹ ਤਾਂ ਹੁਣ ਸਾਰਿਆਂ ਦੇ ਸਾਹਮਣੇ ਆ, ਇਸ ਗੱਲ 'ਚ ਕੋਈ ਦੋ ਰਿਹਾ ਨਹੀਂ ਵੀ ਇੱਥੇ ਅੱਜ ਮੈਂ ਕੁਛ ਗੱਲ ਕਹਾਂ ਅਤੇ ਅੱਜ ਲੋਕਾਂ ਨੂੰ ਪਿਕਚਰ ਪੰਜਾਬ ਦੀ ਸਟੇਟ ਦੀ ਸਭ ਤੋਂ ਨਜ਼ਰ ਵੱਖਰੀ ਆ ਰਹੀ ਹੈ, ਇਹਦੇ 'ਚ ਕੋਈ ਗੱਲ ਕੋਈ ਨਹੀਂ ਜਾ ਸਕਦੀ। ਪਹਿਲਾਂ ਵੀ ਮੈਂ ਕਹਿ ਕੇ ਹਟਿਆ ਪੰਜਾਬ ਦੇ ਹਾਲਾਤ ਮਾੜੇ ਵੱਲ ਨੂੰ ਜਾ ਰਹੇ ਨੇ। ਜਦੋਂ ਪੰਜਾਬ ਦੀ ਕਿਸਾਨੀ ਨੂੰ ਤੁਸੀਂ ਖਤਮ ਕਰਨ 'ਤੇ ਲੱਗ ਗਏ, ਜਿਹੜਾ ਪੰਜਾਬ ਦੀ ਕਿਸਾਨੀ ਦੇ ਨਾਲ ਹੀ ਇਹ ਸੂਬਾ ਚੱਲਦਾ ਹੈ, ਅਸੀਂ ਉਸ ਕਿਸਾਨ ਦੀ ਧੌਣ 'ਤੇ ਗੋਡਾ ਰੱਖ ਕੇ ਉਹਦੇ ਗੋਡੇ ਨੂੰ ਮਸਲਣ ਲੱਗ ਗਏ, ਉਹਦੇ ਧੌਣ ਨੂੰ ਮਸਲਦੇ ਹਾਂ ਅਤੇ ਪੰਜਾਬ ਤਾਂ ਆਪੇ ਹੀ ਖਤਮ ਹੋ ਜਾਣਾ। ਜੇ ਕਿਸਾਨ ਬਚੂਗਾ ਤਾਂ ਪੰਜਾਬ ਬਚੂਗਾ। 4 ਨਵੰਬਰ ਨੂੰ ਰਾਸ਼ਟਰਪਤੀ ਸਾਹਿਬ ਨੂੰ ਮਿਲਣ ਦੀ ਗੱਲ ਹੋ ਰਹੀ ਹੈ, ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਕਿ ਸਾਰੀਆਂ ਪਾਰਟੀਆਂ ਦੇ ਜਿਹੜੇ ਵਿਧਾਇਕ ਨੇ ਨਾਲ ਜਾਣ, ਤਾਂ ਉੱਥੇ ਉਹਨਾਂ ਬਿੱਲਾਂ ਦੀ ਗੱਲ ਹੋਊਗੀ ਜਾਂ ਫਿਰ ਸਾਰੀਆਂ ਚਰਚਾਵਾਂ ਤੁਹਾਨੂੰ ਲੱਗਦਾ ਹੈ ਕਿ ਉੱਥੇ ਕੀਤੀਆਂ ਜਾਣਗੀਆਂ, ਕੀਤੀਆਂ ਜਾ ਸਕਦੀਆਂ ਕਿ ਪੰਜਾਬ ਦੇ ਨਾਲ ਆਹ ਚੀਜ਼ਾਂ ਹੋ ਰਹੀਆਂ, RDF ਰੋਗੀ ਸਾਡੀ ਟ੍ਰੇਨਾਂ ਬੰਦ ਪਈਆਂ ਨੇ, ਆਖਿਰ ਕੇਂਦਰ ਔਰ ਪੰਜਾਬ ਦੇ ਵਿੱਚ ਜਿਹੜੀ ਟਸਲ ਹੈ ਉਹ ਵੱਧਦੀ ਜਾ ਰਹੀ ਹੈ, ਰਾਸ਼ਟਰਪਤੀ ਸਾਹਿਬ ਕੋਲ ਸਾਰੀਆਂ ਚੀਜ਼ਾਂ ਵਿਚਾਰ ਕੀਤੇ ਜਾਣਗੇ? ਵੇਖੋ 4 ਤਰੀਕ ਨੂੰ ਟਾਈਮ ਦਿੱਲੀ ਜਾਣ ਵਾਸਤੇ ਰੱਖਿਆ ਗਿਆ ਔਰ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਜਦੋਂ 4 ਤਰੀਕ ਨੂੰ ਉਹਨਾਂ ਨੇ ਟਾਈਮ ਲਿਆ ਜਾ ਰਹੇ ਹੈ, ਸਾਰੇ ਹੀ ਜਾ ਰਹੇ ਹੈ ਨਾਲ, ਉਹ ਐਸੀ ਗੱਲ ਨਹੀਂ ਲੁਕਾਉਣਗੇ ਉੱਥੇ ਜਾ ਕੇ ਵੀ ਜਿਹੜੀ ਕਿਸੇ ਗੱਲ ਦੇ ਵਿੱਚ ਕੋਈ ਲਿਖੀ ਛਪੀ ਹੋਊਗੀ, ਪੰਜਾਬ ਦੀ ਇਕੱਲੀ ਇਕੱਲੀ ਗੱਲ ਦਾ ਉਸ ਰਾਸ਼ਟਰਪਤੀ ਦੇ ਸਾਹਮਣੇ ਲੈ ਕੇ ਆਉਣਗੇ। ਇਹ ਉਹ ਮੁੱਖ ਮੰਤਰੀ ਹੈ ਵੀ ਜਿਹੜੀ ਗੱਲ ਇਹ ਨਹੀਂ ਵੀ 2 ਕਮਰਿਆਂ 'ਚ ਬਹਿ ਕੇ ਇਕੱਲਾ ਗੱਲ ਕਰਿਆ, ਉਹ ਇਹ ਪੰਜਾਬ ਦੇ ਭਲੇ ਲਈ ਇਕੱਲੀ ਇਕੱਲੀ ਗੱਲ ਕਰਕੇ ਰਾਸ਼ਟਰਪਤੀ ਨਾਲ ਕੋਈ ਹੱਲ ਕੱਢਣ ਵਾਸਤੇ ਉਹਨਾਂ ਨਾਲ ਜ਼ਰੂਰ ਡਿਸਕਸ ਕਰਨਗੇ ਇਹ ਗੱਲ 'ਤੇ। ਅਕਾਲੀ ਦਲ ਜਿਸ ਤਰ੍ਹਾਂ ਪਹਿਲਾਂ ਕਹੀ ਜਾਂਦਾ ਕਿ ਬਿੱਲਾਂ ਦੇ ਮੁੱਦੇ 'ਤੇ ਪਹਿਲਾਂ ਬੇਸ਼ੱਕ ਤੁਹਾਡੇ ਨਾਲ ਖੜੇ ਸੀ, ਮੁੜ ਕੇ ਉਹ ਕਹਿੰਦੇ ਕਿ ਇਹਨਾਂ ਨੇ ਤਾਂ ਬਿੱਲ ਹੀ ਗਲਤ ਪਾਸ ਕਰਵਾਤੇ, ਤਾਂ ਹੁਣ ਅਕਾਲੀ ਦਲ ਦੀ ਸਹਿਮਤੀ ਨਾਲ ਲਓਗੇ ਜੇ ਅਕਾਲੀ ਦਲ ਅੱਜ ਆਹਮਣੇ ਸਾਹਮਣੇ ਆ ਫਿਰ ਤੁਸੀਂ, ਤਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਕੋਈ ਗੱਲਬਾਤ ਕੀਤੀ ਜਾਵੇਗੀ ਵੀ ਸਾਡੇ ਨਾਲ ਤੁਰੋ ਜਾਂ ਫਿਰ ਉਹੀ ਆਪਸੀ ਸਿਆਸਤ ਜਿਹੜੀ ਉਹ ਜਾਰੀ ਰਹਿਣੀ ਹੈ? ਐਡਾ ਸੰਜੀਦਾ ਮੁੱਦਾ ਹੋਵੇ ਪੰਜਾਬ ਦੀ ਕਿਸਾਨੀ ਨਾਲ, ਹਰ ਸਮਰਤ ਹਰੇਕ ਮੀਟਿੰਗ ਦੇ ਵਿੱਚ ਹਰੇਕ ਕੈਬਨਿਟ ਦੇ ਵਿੱਚ ਪਾਸ ਕੀਤਾ ਹੋਵੇ ਬਿੱਲ ਉਹ, ਔਰ ਮੋਹਰ ਉਸ 'ਤੇ ਲਾ ਕੇ ਆਈ ਹੋਵੇ, ਵੋਟ ਉਹਨਾਂ ਦੇ ਹੱਕ 'ਚ ਪਾ ਕੇ ਹੋਵੇ, ਜਿਵੇਂ ਮਦਾਰੀ ਨਹੀਂ ਖੇਡਾਂ ਪਾਉਣ ਵਾਲੇ ਖੇਡਾਂ ਪਾ ਕੇ ਅੱਖਾਂ 'ਤੇ ਬੰਨ ਦਿੰਦੇ ਆ ਵੀ ਆਹ ਹੁਣ ਕਬੂਤਰ ਨਿਕਲਿਆ ਆ, ਆਹ ਹੁਣ ਬੰਸਰੀ ਬੋਲ ਪਈ, ਇਹਦਾ ਮਾਂ ਦੇ ਪੁੱਤ ਬਾਦਲ ਵਾਲੇ ਤਾਂ ਹੈਰਾਨ ਹੈ, ਇਹ ਤਾਂ ਖੇਡੇ ਵਾਲਿਆਂ ਨੂੰ ਵੀ ਗਾਂ ਹੋਏ ਪਏ ਯਾਰ, ਸਾਰਾ ਕੁਝ ਦੇ ਕੇ ਰਾਤ ਨੂੰ 1 ਵਜੇ ਆ ਕੇ ਰਿਜ਼ਾਈਨ ਦੇਣ ਲੱਗ ਗਏ, ਕਿਉਂ ਪੰਜਾਬ ਦੇ ਹਾਲਾਤ ਪਤਾ ਲੱਗਿਆ ਪੰਜਾਬ ਦੇ ਲੋਕ ਇੰਨੇ ਕੁ ਗਰਮ ਹੋ ਗਏ ਵੀ ਸਾਡਾ ਜਿਹੜਾ ਫੈਸਲਾ ਗਲਤ ਸੀ। ਔਰ ਵੇਖੋ 7 ਦਿਨਾਂ ਦੇ ਵਿੱਚ ਮਾਂ ਦੇ ਪੁੱਤਾਂ ਨੇ ਢੱਡ ਸਾਰੀਆਂ ਚੱਕ ਚੱਕ ਕੇ ਆਪਦੀਆਂ, ਝੂਠ ਨੂੰ ਸੱਚ ਬਣਾਉਣ ਤੱਕ ਕਲਾ ਇਹਨਾਂ ਇਹ ਪੈਦਾ ਕਰ ਦਿੰਦੇ ਆ, ਮੈਂ ਤਾਂ ਹੈਰਾਨ ਹੈ। ਫਿਰ ਗੁਰੂ ਮਹਾਰਾਜ ਦਾ ਆਸਰਾ ਲੈ ਕੇ ਤਖ਼ਤਾਂ ਤੋਂ ਚੱਲ ਪਏ, ਪੰਥ ਖਤਰੇ 'ਚ ਹੈ, ਕੋਈ ਅੰਮ੍ਰਿਤਸਰੋਂ ਚੱਲ ਪਿਆ, ਕੋਈ ਤਖ਼ਤ ਤੋਂ ਦਮਦਮਾ ਸਾਹਿਬ ਤੋਂ ਚੱਲ ਪਿਆ, ਕੋਈ ਅਨੰਦਪੁਰ ਸਾਹਿਬ ਤੋਂ ਚੱਲ ਪਿਆ, ਕੈਪਟਨ ਅਮਰਿੰਦਰ ਸਿੰਘ ਦਾ ਘਰ ਘੇਰਨਾ, ਘੇਰੋ ਉਸ ਅੰਕਲ ਦਾ ਆਪਦੇ ਦਾ ਜਿਹੜਾ ਜਿਹਨੇ ਕੋਈ ਸਭ ਕੁਛ ਕੀਤਾ ਅਤੇ ਜਿਹਦੇ ਨਾਲ ਬਹਿ ਕੇ ਤੁਸੀਂ ਕਰਕੇ ਆਏ ਹੈ, ਆਪ ਕਰਕੇ ਆਪ ਹੱਥੀਂ ਦਸਤਖਤ ਕਰਕੇ ਉਹ ਮੁੱਕਰਨਾ, ਐਡਾ ਬੜੀ ਵੱਡੀ ਕਲਾ ਹੈ ਪਰਮਾਤਮਾ ਹੈ ਜਿਹੜੀ ਇਹਨਾਂ ਦੀ ਕਲਾ, ਇਹਨਾਂ ਕੋਈ ਰੱਖੇ ਹੋਰ ਨੂੰ ਨਾ ਦੇਵੇ। ਹੁਣ ਤੁਸੀਂ ਫਿਰ ਨਾਲ ਲੈ ਕੇ ਜਾਣਾ ਹੈ ਕਿ ਨਹੀਂ ਲੈ ਕੇ ਜਾਣਾ ਅਕਾਲੀ ਦਲ ਨੂੰ? ਪੰਜਾਬ ਦੇ ਭਲੇ ਦੀ ਖਾਤਰ ਅਰਦਾਸ ਕਰਕੇ ਤੁਰ ਪੈਣ ਅਤੇ ਅਸੀਂ ਤਾਂ ਚੰਗੇ ਹੀ ਕਹਾਂਗੇ ਵੀ ਜੇ ਸਾਡੇ ਨਾਲ ਜਾਣਗੇ, ਜੇ ਮਨ ਸਾਫ਼ ਕਰਕੇ ਜਾਣ। ਪਰ ਕੋਈ ਲੱਗਦਾ ਹੈ ਕਿ ਕੋਈ ਰਸਤਾ ਹੋਊਗਾ ਜਿਹਦੇ ਨਾਲ ਤੁਸੀਂ ਕੇਂਦਰ ਦੀ ਜਿਹੜੀ ਸੈਟਿਸਫੈਕਸ਼ਨ ਕਰਵਾ ਕੇ ਪੰਜਾਬ ਦੇ ਨਾਲ ਜਿਹੜੀ ਟਸਲ ਉਹਨੂੰ ਘਟਾ ਸਕੋਗੇ? ਦੇਖੋ ਸਾਡੀ ਤਾਂ ਟਸਲ ਹੀ ਕੋਈ ਨਹੀਂ ਜੀ, ਜੇ ਤਾਂ ਅਸੀਂ ਕੋਈ ਪੰਜਾਬ ਸਰਕਾਰ ਕੋਈ ਐਸੇ ਮਾਹੌਲ ਦੇ ਵਿੱਚ ਪੈਦਾ ਕਰਦੀ ਹੋਵੇ ਫਿਰ ਤਾਂ ਅਸੀਂ ਕਹੀਏ ਵੀ ਅਸੀਂ 4 ਕਰਮਾਂ ਪਿੱਛੇ ਆ ਜਾਂਦੇ ਹਾਂ। ਸੈਂਟਰ ਨੂੰ ਵਾਰ ਵਾਰ ਤਾਂ ਕੈਪਟਨ CM ਪੰਜਾਬ ਨੇ ਚਿੱਠੀਆਂ ਲਿਖ ਕੇ ਵੀ ਟੈਲੀਫੋਨ ਰਾਹੀਂ ਵੀ ਬੇਨਤੀ ਵੀ ਕੀਤੀ ਹੈ ਵੀ ਨਹੀਂ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਜੀ, ਸਾਡੇ ਪੰਜਾਬ ਨਾਲ ਧੱਕਾ ਨਾ ਕਰੋ, ਸਾਡਾ ਪੰਜਾਬ ਕਿਸਾਨ ਮਰ ਜੂਗਾ, ਇੰਡਸਟਰੀਲਿਸਟ ਮਰ ਜੂਗਾ, ਛੋਟਾ ਦੁਕਾਨਦਾਰ ਮਰ ਜੂਗਾ, ਅਸੀਂ ਤਾਂ ਹਮੇਸ਼ਾ ਬੇਨਤੀ ਕੀਤੀ ਹੈ, ਅਸਲ 'ਚ ਤਾਂ ਕੈਪਟਨ ਅਮਰਿੰਦਰ ਸਿੰਘ ਕਦੇ ਪੈਰ ਹੀ ਨਾ ਪੈਂਦੇ ਕਦੇ। ਤਾਂ ਪੰਜਾਬ ਦੇ ਭਲੇ ਲਈ ਕਹਿੰਦੇ ਨੇ ਕਿ ਕੇਂਦਰ ਦੇ ਨਾਲ ਗੱਲਬਾਤ ਕੀਤੀ ਜਾਊਗੀ, 4 ਨਵੰਬਰ ਨੂੰ ਦਿੱਲੀ ਰਾਸ਼ਟਰਪਤੀ ਸਾਹਿਬ ਕੋਲ ਜਦੋਂ ਜਾਣਗੇ ਕੈਪਟਨ ਅਮਰਿੰਦਰ ਸਿੰਘ, ਆਪਣੇ ਨਾਲ ਸਾਰੀਆਂ ਪਾਰਟੀਆਂ ਦੇ ਵਿਧਾਇਕਾਂ ਨੂੰ ਲੈ ਕੇ ਜਾਣ ਦੀ ਗੱਲ ਕਰ ਰਹੇ ਨੇ, ਤਾਂ ਕਹਿੰਦੇ ਨੇ ਕਿ ਹਰ ਮੁੱਦੇ 'ਤੇ ਉਹਨਾਂ ਦੇ ਸਾਹਮਣੇ ਚਰਚਾ ਕੀਤੀ ਜਾਵੇਗੀ, ਉਹਨਾਂ ਦੇ ਕੋਲ ਬੇਨਤੀ ਕੀਤੀ ਜਾਵੇਗੀ, ਅਪੀਲ ਕੀਤੀ ਜਾਵੇਗੀ ਕਿ ਪੰਜਾਬ ਦੇ ਜਿਹੜੇ ਅੱਜ ਹਾਲਾਤ ਬਣਦੇ ਜਾ ਰਹੇ ਨੇ, ਜਿਸ ਤਰ੍ਹਾਂ ਦਾ ਮਾਹੌਲ ਪੈਦਾ ਹੁੰਦਾ ਜਾ ਰਿਹਾ ਉਸ ਨੂੰ ਠੀਕ ਕੀਤਾ ਜਾ ਸਕੇ ਅਤੇ ਕਿਸਾਨਾਂ ਦਾ ਮਸਲਾ ਜਿਹੜਾ
ਅੱਜ ਜਿਸ ਮਸਲੇ ਤੋਂ ਇਹ ਪੂਰੇ ਹਾਲਾਤ ਬਣੇ ਨੇ ਉਸ ਨੂੰ ਹੱਲ ਕਰਵਾਉਣ ਦੇ ਲਈ ਰਾਸ਼ਟਰਪਤੀ ਸਾਹਿਬ ਨੂੰ ਜਾ ਕੇ ਅਪੀਲ ਕਰਨਗੇ। ਕੈਮਰਾਮੈਨ ਸੰਦੀਪ ਦੇ ਨਾਲ ਨਪਿੰਦਰ ਸਿੰਘ ਬਰਾ, ਨਿਊਜ਼ 18 ਚੰਡੀਗੜ੍ਹ। ਲੋਕਾਂ ਦੀ ਸਿਹਤ ਦਾ ਧਿਆਨ ਰੱਖਣ ਦੇ ਲਈ ਜਿਹੜੇ ਲੋਕ ਬਾਹਰ ਖਾਂਦੇ ਨੇ ਜਾਂ ਢਾਬਿਆਂ 'ਤੇ ਜਾਂ ਰੈਸਟੋਰੈਂਟ 'ਤੇ, ਉਹਨਾਂ 'ਤੇ ਹੁਣ ਸਖ਼ਤੀ ਕਰਨ ਦੀ ਤਿਆਰੀ ਹੈ, ਕਿਉਂਕਿ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਸੀ ਕਿ ਕਈ ਥਾਵਾਂ 'ਤੇ ਐਸਾ ਖਾਣਾ ਮਿਲ ਰਿਹਾ ਜਿਸ ਨੂੰ ਖਾਣ ਤੋਂ ਬਾਅਦ ਲੋਕ ਬਿਮਾਰ ਹੁੰਦੇ ਨੇ ਜਾਂ ਫਿਰ ਉਹ ਆਪਣੇ ਮਿਆਰ 'ਤੇ ਪੂਰੀ ਤਰ੍ਹਾਂ ਪੌਸ਼ਟਿਕ ਨਹੀਂ ਹੈ। ਪੰਜਾਬ ਸਰਕਾਰ ਨੇ ਸਖ਼ਤੀ ਕੀਤੀ ਹੈ, ਸਿਹਤ ਵਿਭਾਗ ਨੇ ਨਵੇਂ ਫਰਮਾਨ ਜਾਰੀ ਕੀਤੇ ਨੇ। ਸਾਡੇ ਨਾਲ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੱਧੂ ਮੌਜੂਦ ਨੇ। ਸਿੱਧੂ ਸਾਹਿਬ, ਪਹਿਲਾਂ ਤਾਂ ਤੁਹਾਡੇ ਮੂੰਹੋਂ ਹੀ ਸੁਣਨੇ ਚਾਹਾਂਗੇ ਕਿ ਜਿਹੜੇ ਤੁਸੀਂ ਨਵੇਂ ਆਰਡਰ ਕੀਤੇ ਨੇ ਫੂਡ ਸੇਫਟੀ ਦੇ ਤਹਿਤ, ਉਹ ਤੁਹਾਡੇ ਆਰਡਰ ਕਲੀਅਰ ਕੱਟ ਕੀ ਨੇ? ਇੱਦਾਂ ਹੈ ਕਿ ਕੋਈ ਅੱਜ ਪਹਿਲੀ ਵਾਰ ਨਹੀਂ ਕੀਤੇ, ਅਸੀਂ ਪਰਸੋਂ ਇੱਕ ਰਿਵਿਊ ਮੀਟਿੰਗ ਕੀਤੀ ਸੀ। ਜਿਹੜਾ ਇਹ ਸੀਜ਼ਨ ਹੈਗਾ, ਇਹ ਫੈਸਟੀਵਲ ਦਾ ਹੈਗਾ, ਔਰ ਖਾਸ ਕਰਕੇ ਦੁਸਹਿਰੇ ਦਿਵਾਲੀ ਦੇ ਦਿਨਾਂ ਦੇ ਵਿੱਚ ਬਹੁਤ ਸਾਰਾ ਖੋਆ, ਬਹੁਤ ਸਾਰੀ ਮਿਠਾਈ ਵਿਕਦੀ ਹੈ ਬਾਜ਼ਾਰਾਂ ਦੇ ਵਿੱਚ। ਔਰ ਉਦੋਂ ਤੁਸੀਂ ਦੇਖਣ ਕਿ ਲਾਸਟ ਈਅਰ ਅਸੀਂ ਕਾਫੀ ਪਹਿਲਾਂ ਜਦੋਂ ਮੇਰੇ ਕੋਲ ਐਨੂਅਲ ਐਕਸਪੈਂਡਿੰਗ ਡਿਪਾਰਟਮੈਂਟ ਸੀ, ਉਦੋਂ ਵੀ ਮੈਨੂੰ ਇਹ ਦਰਦ ਸੀ ਵੀ ਜਿਹੜਾ ਅਸਲੀ ਦੁੱਧ ਦਾ ਉਤਪਾਦਕ ਹੈ ਉਹਨੂੰ ਪ੍ਰੋਪਰ ਰੇਟ ਨਹੀਂ ਮਿਲ ਰਿਹਾ, ਕਿ ਡੁਪਲੀਕੇਟ ਦੁੱਧ ਜਿਹੜਾ ਬਾਜ਼ਾਰ ਦੇ ਵਿੱਚ ਜਾਂ ਪਨੀਰ ਵਿਕ ਰਿਹਾ, ਜਿਸ ਕਰਕੇ ਸਾਡੇ ਕਿਸਾਨੀ ਨੂੰ ਬਹੁਤ ਵੱਡੀ ਮਾਰ ਪੈ ਰਹੀ ਹੈ, ਕਿਸਾਨੀ ਨੂੰ ਮਾਰ ਪੈ ਰਹੀ ਆ, ਪਲੱਸ ਜਿਹੜੇ ਬੰਦੇ ਕੰਜ਼ਿਊਮਰ ਹੈਗੇ ਨੇ ਉਹਨਾਂ ਨੂੰ ਵੀ ਬਹੁਤ ਵੱਡਾ ਇਹਦਾ ਨੁਕਸਾਨ ਹੋ ਰਿਹਾ, ਉਹਦੀ ਸਿਹਤ ਨਾਲ ਇਹ ਖਿਲਵਾੜ ਹੋ ਰਿਹਾ। ਉਦੋਂ ਅਸੀਂ ਬੜੀ ਸਖ਼ਤੀ ਕਰਕੇ ਕਈ ਜਗ੍ਹਾ ਦੇ ਘੀ ਘੂ ਦੇ ਜਿਹੜੀਆਂ ਫੈਕਟਰੀਆਂ ਸੀ ਜਾਲੀ, ਉਹ ਵੀ ਫੜੀਆਂ ਸੀਗੀਆਂ, ਅਤੇ ਈਵਨ ਰਾਮਪੁਰਾ ਫੂਲ ਦੇ ਵਿੱਚ ਵੀ ਬੜਾ ਵੱਡਾ ਤੁਸੀਂ ਦੇਖਿਆ ਹੋਣਾ ਕਿ ਉਸ ਵੇਲੇ ਟਰੈਕ ਲਾ ਕੇ ਇਹਨੂੰ ਭਵਾਨੀਗੜ੍ਹ ਦੇ ਏਰੀਏ 'ਚ ਜਿਵੇਂ, ਜਾਂ ਲਾਸਟ ਈਅਰ ਦੇਵੀਗੜ੍ਹ ਦੇ ਵਿੱਚ ਵੀ ਇਹ ਹੋਇਆ ਸੀਗਾ। ਅਸੀਂ ਹੁਣ ਥੋੜ੍ਹੀ ਪ੍ਰੀ ਪੋਨ ਪ੍ਰਕੋਸ਼ਨ ਜਿਹੜੀ ਹੈਗੀ ਆ ਉਹਦੇ ਵਾਸਤੇ ਮੀਟਿੰਗ ਕੀਤੀ ਸਾਰੇ ਪੰਜਾਬ ਦੇ ਜਿਹੜੇ DHO ਨੇ ਜਾਂ ਫੂਡ ਸੇਫਟੀ ਕਮਿਸ਼ਨਰ ਨੇ ਜਿਨ੍ਹਾਂ ਦੇ ਇੰਚਾਰਜ ਨੇ, ਉਹਨਾਂ ਸਾਰਿਆਂ ਨੂੰ ਬਕਾਇਦਾ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਜੋ ਸਾਡਾ ਰੂਲਜ਼ ਨੇ ਉਹਨਾਂ ਨੂੰ ਪੂਰੇ ਫੋਲੋ ਕਰੋ। ਮਤਲਬ ਸਭ ਤੋਂ ਪਹਿਲਾਂ ਤੁਸੀਂ ਜਾਓ ਉੱਥੇ ਤੁਸੀਂ ਜਿਹੜੇ ਤੁਹਾਡੇ ਜ਼ਿਲ੍ਹਿਆਂ ਦੇ ਵਿੱਚ ਬਲਾਕਾਂ ਦੇ ਵਿੱਚ ਮੀਟਿੰਗਾਂ ਕਰੋ, ਜਿਹੜੀਆਂ ਹਲਵਾਈ ਯੂਨੀਅਨ ਨੇ, ਕਿਰਾਣਾ ਯੂਨੀਅਨ ਨੇ, ਜਾਂ ਜਿਹੜੇ ਹੋਰ ਜਿਹੜੀਆਂ ਖਪਤਕਾਰ ਜਿਹੜੇ ਹੈਗੇ ਨੇ, ਜਿੰਨੇ ਵੀ ਜਿਹੜੇ ਖਾਣ ਵਾਲੇ ਚੀਜ਼ਾਂ ਢਾਬੇ ਵਾਲੇ ਹੈਗੇ ਨੇ, ਅਤੇ ਉਹਨਾਂ ਨੂੰ ਇਹ ਗੱਲ ਦੱਸੋ, ਅਪੀਲ ਕਰੋ ਕਿ ਵੀ ਤੁਸੀਂ ਕੋਈ ਵੀ ਬੰਦਾ ਮਿਲਾਵਟ ਨਾ ਕਰੇ, ਪਲੱਸ ਜੋ ਜੋ ਤੁਹਾਨੂੰ ਅਸੀਂ ਗਾਈਡਲਾਈਨ ਹੈਗੀਆਂ ਉਹਨੂੰ ਪੂਰਾ ਤੁਸੀਂ ਇੰਪਲੀਮੈਂਟ ਕਰੋ, ਤਾਂ ਕਿ ਉਹ ਤੁਹਾਡੇ ਧਿਆਨ ਦੇ ਵਿੱਚ ਸਾਰੇ ਆ ਸਕਣ, ਉਹ ਕਿਹੜਾ ਕਿਹੜਾ ਕਿੱਥੇ ਕਿੱਥੇ ਕੰਮ ਕਰ ਰਿਹਾ, ਉਹਨਾਂ ਦੀ ਰਜਿਸਟ੍ਰੇਸ਼ਨ ਨੂੰ ਲੈ ਕੇ ਕੀ ਫਰਮਾਨ? ਤੁਸੀਂ ਦੇਖਿਆ ਹੋਣਾ ਕਿ ਵੀ ਆਪਾਂ ਸੁਖਦੇਵ ਢਾਬੇ ਦਾ ਜਾਂ ਇੱਕ ਹੋਰ ਸੀਗਾ ਜਿਹੜਾ ਕਾਫੀ ਫੇਮਸ ਹੋਇਆ ਸੀ, ਉਹ ਵੀ ਧਰਮਿੰਦਰ ਨੇ ਜਿਹਦਾ ਸ਼ਾਇਦ ਖੋਲਿਆ ਸੀਗਾ, ਧਰਮ ਗਰਮ ਜਿਹੜਾ ਹੈਗਾ, ਉਹਨਾਂ ਦੇ ਕਾਫੀ ਜਿਹੜੇ ਵੇਟਰ ਸੀਗੇ ਉਹ ਪੋਜ਼ਿਟਿਵ ਪਾਏ ਗਏ ਸੀ ਉਹਨਾਂ ਦੇ, ਜਿਹੜਾ ਜਾਂ ਉਹਨਾਂ ਨੂੰ ਕਿਸੇ ਨੂੰ TB ਦੀ ਬਿਮਾਰੀ ਜਾਂ ਹੋਰ ਬਿਮਾਰੀ, ਉਹਨਾਂ ਸਾਰਿਆਂ ਦੇ ਅਸੀਂ ਜਿਹੜਾ ਵੀ ਮੈਡੀਕਲ ਕਰਾਉਣ ਦਾ ਵੀ ਅਸੀਂ ਵੀ ਕਹਿੰਦਾ ਅਸੀਂ ਇੱਕ ਗਾਈਡਲਾਈਨ ਜਾਰੀ ਕੀਤੀਆਂ ਨੇ ਕਿ ਸਾਰਿਆਂ ਦਾ ਮੈਡੀਕਲ ਕਰਾਓ, ਉਹਦੀ ਫਿਟਨੈਸ ਹੋਣੀ ਚਾਹੀਦੀ ਆ, ਇਹ ਨਾ ਹੋਵੇ ਕਿ ਕੋਈ ਬੰਦਾ ਬਿਮਾਰ ਸੀ ਅਤੇ ਉਹਨੂੰ ਖਾਂਸੀ ਸੀ, TB ਸੀ, ਅਤੇ ਉਹ ਉੱਥੇ ਢਾਬੇ 'ਤੇ ਕੰਮ ਕਰਦਾ ਹੋ ਅਤੇ ਉਦੋਂ ਜਿਹੜੀ ਡਿਸੀਜ਼ ਆ ਕੇ ਸਪਰੈਡ ਕਰਦੀ ਆ। ਉਦੋਂ ਬਾਅਦ ਜਿਹੜੇ ਲੋਕ ਅਸੀਂ ਕਿਹਾ ਸੀ ਕਿਸੇ ਬੰਦੇ ਨੂੰ ਸਖ਼ਤੀ ਨਹੀਂ ਕਰਨੀ, ਪਹਿਲਾਂ ਤੁਸੀਂ ਸਿੰਪਲ ਤੌਰ 'ਤੇ ਬੰਦੇ ਨੂੰ ਪਹਿਲਾਂ ਵਾਰਨਿੰਗ ਦੇਣੀ ਹੈ, ਵਾਰਨਿੰਗ ਦੇਣ ਤੋਂ ਬਾਅਦ ਬਕਾਇਦਾ ਪ੍ਰੋਪਰ ਜਿਹੜਾ ਸਾਡਾ SOP ਬਣੀ ਹੋਈ ਹੈ, ਪ੍ਰੋਟੋਕੋਲ ਹੈ, ਉਹਦੇ ਮੁਤਾਬਕ ਤੁਸੀਂ ਉਹਨਾਂ ਬੰਦਿਆਂ ਦੇ ਜਾ ਕੇ ਜਿਹੜੇ ਸੈਂਪਲਿੰਗ ਕਰਨੀ ਆ, ਫਿਰ ਟੈਸਟ ਕਰਨਾ, ਔਰ ਨਾਲ ਦੀ ਨਾਲ ਜਿਹੜਾ ਸੈਂਪਲ ਹੈ ਉੱਥੋਂ ਲੈ ਕੇ ਪੂਰੇ ਪ੍ਰੋਪਰ ਪ੍ਰੋਸੀਜਰ ਦੇ ਨਾਲ ਉਹਨੂੰ ਜਿਹੜੀ ਖਾਡ ਸਾਡੀ ਲੈਬ ਹੈਗੀ ਆ ਉਹਦੇ 'ਚ ਭੇਜੋ, ਤਾਂ ਕਿ ਅਸੀਂ ਜਿਹੜਾ ਠੀਕ ਹੋਏਗਾ ਉਹਨੂੰ ਅਸੀਂ ਪਾਸ ਕਰਾਂਗੇ, ਜਿਹੜਾ ਗਲਤ ਹੋਏਗਾ ਉਹਦੇ ਖਿਲਾਫ਼ ਕਾਰਵਾਈ ਕਰਾਂਗੇ। ਔਰ ਦੂਜੀ ਗੱਲ ਇਹ ਸੀ ਕਿ ਕੁਛ ਸਾਡੇ ਕੋਲ ਇਸੇ ਤਰ੍ਹਾਂ ਦੀਆਂ ਮਸ਼ੀਨਾਂ ਆ ਗਈਆਂ ਨੇ ਜਿਹੜੀਆਂ ਮੌਕੇ 'ਤੇ ਸਾਨੂੰ ਦੱਸ ਦਿੰਦੇ ਨੇ ਉਹਦੀ ਗਰੰਟੀ ਕੀ ਹੈ, ਇਹਦੇ ਅੰਦਰ 'ਚ ਕਿਹੜੇ ਕਿਹੜੇ ਜਿਵੇਂ ਦੁੱਧ ਦੀ ਗੱਲ ਹੈ ਜਾਂ ਖੋਏ ਦੀ ਗੱਲ ਹੈ ਜਾਂ ਘਿਓ ਦੀ ਗੱਲ ਹੈ। ਹੁਣ ਕਈ ਵਾਰੀ ਕੀ ਹੁੰਦਾ ਕਿ ਵੀ ਸਾਡੇ ਕੋਈ ਬੰਦੇ ਵੀ ਗਲਤ ਕੰਮ ਕਰ ਦਿੰਦੇ ਨੇ, ਜਿਵੇਂ ਕਿਸੇ ਬੰਦੇ ਨੇ, ਇੱਕ ਦੁਕਾਨਦਾਰ ਦੀ ਮੈਂ ਗੱਲ ਕਰਦਾ, ਉਹਦਾ ਜਿਹੜਾ ਜਿੰਨੀ ਉਹਦੀ ਮਿਠਾਈ ਸੀ ਉਹ ਸਾਰੀ ਬਿਲਕੁਲ ਸਹੀ ਪਾਈ ਗਈ, ਪਰ ਉਹਨੇ ਇੱਕ ਛੋਟੀ ਜਿਹੀ ਉਹਦੇ 'ਚ ਕਮੀ ਸੀ ਕਿ ਉਹਨੇ ਖੋਏ ਨੂੰ ਸਟਾਰਚ ਲਾ ਦਿੱਤਾ, ਚੀਨੀ ਲਾ ਦਿੰਦੇ ਸਟਾਰਚ ਕਰ ਦਿੰਦੇ ਆ, ਔਰ ਉਹ ਜਦੋਂ ਉਹ ਜਿੱਦਾਂ ਉਹਨੂੰ ਖੋਆ ਲਿਖਦੇ ਫਿਰ ਤਾਂ ਉਹਦੀ ਸਜ਼ਾ ਹੈਗੀ ਆ, ਫਿਰ ਤਾਂ ਉਹਦੇ ਫਾਈਨ ਬਣਦਾ, ਜੇ ਉਹਨੂੰ ਬਰਫੀ ਲਿਖਦੇ ਤਾਂ ਫਿਰ ਉਹਨੂੰ ਕੋਈ ਉਹਦਾ ਉਹਦੇ ਉਹ ਇਲੀਗਲ ਨਹੀਂ ਹੈ, ਪਰ ਉਹ ਜਿਹੜਾ ਬੰਦਾ ਇੱਦਾਂ ਕਰਦਾ ਹੈਗਾ ਉਹਦੇ ਖਿਲਾਫ਼ ਫਿਰ ਕਾਰਵਾਈ ਹੁੰਦੀ ਹੈ, 5 ਲੱਖ ਤੱਕ ਦਾ ਜੁਰਮਾਨਾ, ਈਵਨ ਜਿਹੜਾ ਹੋਰ ਵੱਡਾ ਉਹ ਤਾਂ 10 ਲੱਖ ਦਾ ਜੁਰਮਾਨਾ ਹੋ ਸਕਦਾ। ਔਰ ਜਿਹੜੇ ਬੰਦੇ ਹੁਣ ਜਿਸ ਤਰ੍ਹਾਂ ਤੇਲ ਜਿਹੜਾ ਆਪਾਂ ਵਾਰ ਵਾਰ ਜਿਹੜੇ ਤੇਲ 'ਚ ਤਲਦੇ ਹਾਂ, ਜੇ ਤੇਲ ਨੂੰ ਉਹ ਬਹੁਤ ਜ਼ਿਆਦਾ ਮਿਸਯੂਜ ਕਰਦੇ ਜਾਂ ਕਈ ਵਾਰ ਮਲਟੀ ਟਾਈਮ ਕਰਦੇ ਨੇ, ਤਾਂ ਉਹ ਦੀ ਜਿਹੜੀ ਗੁਣਵੱਤਾ ਨਾਲ ਵੀ ਨੁਕਸਾਨ ਹੁੰਦਾ, ਅਤੇ ਉਹਦਾ ਵੀ ਬੜਾ ਵੱਡਾ ਚਲਾਣ ਆ, ਉਹਦੇ ਵਿੱਚ 5 ਸਾਲ 6 ਸਾਲ ਦੀ ਸਜ਼ਾ ਵੀ ਹੈਗੀ ਹੈ।
ਤੇ ਉਹ ਚੀਜ਼ਾਂ ਜਿਹੜੀਆਂ ਨੇ ਅਸੀਂ ਸਾਰਿਆਂ ਨੂੰ ਇਸ ਕਰਕੇ ਵੀ ਬਈ ਪ੍ਰੋਪਰ ਪ੍ਰੋਟੋਕੋਲ ਦਾ ਧਿਆਨ ਰੱਖੋ, ਪ੍ਰੋਪਰ ਸਾਰੇ ਜਿਹੜੇ ਲੋਕਾਂ ਨੂੰ ਜਿਹੜੀ ਚੀਜ਼ ਬਾਜ਼ਾਰ 'ਚ ਮਿਲਣੀ ਆ ਉਹ ਪੂਰੀ ਸ਼ੁੱਧ ਅਤੇ ਸਹੀ ਮਿਲੇ। ਸੋ ਸਰ, ਰਜਿਸਟ੍ਰੇਸ਼ਨ ਕਰਵਾਉਣ ਦੀ ਜਿਹੜੀ ਗੱਲ ਕੀਤੀ ਗਈ ਆ, ਉਹ ਰਜਿਸਟ੍ਰੇਸ਼ਨ ਦੀ ਮਿਆਦ ਕੀ ਆ, ਕਦੋਂ ਤੱਕ ਕਰਵਾਉਣੀ ਔਰ ਕਿੱਥੇ ਉਹਨਾਂ ਦੀ ਰਜਿਸਟ੍ਰੇਸ਼ਨ ਜਿਹੜੀ ਦੁਕਾਨਦਾਰਾਂ ਦੀ ਹੋਊਗੀ? ਅਸੀਂ ਉਹਨਾਂ ਨੂੰ ਸ਼ੁਰੂ ਕੀਤਾ ਹੋਇਆ, ਵੈਸੇ ਪ੍ਰੋਸੈਸ ਆਲਰੇਡੀ ਚੱਲ ਰਿਹਾ ਹੈ, ਕੋਈ ਅੱਜ ਦਾ ਨਹੀਂ, ਉਹ ਥੋੜ੍ਹਾ ਇਹ ਅਸੀਂ ਉਹਨਾਂ ਨੂੰ 31 ਮਾਰਚ ਤੱਕ ਦਾ ਸਮਾਂ ਦਿੱਤਾ ਹੈਗਾ ਵੀ 31 ਮਾਰਚ ਤੱਕ ਜਿੰਨੇ ਢਾਬੇ ਨੇ, ਹੋਟਲ ਨੇ, ਇਹ ਸਾਰੇ ਜਾਂ ਮਿਠਾਈ ਦੀਆਂ ਦੁਕਾਨਾਂ ਨੇ ਸਾਡੇ ਰਿਕਾਰਡ 'ਤੇ ਹੋਣੀਆਂ ਚਾਹੀਦੀਆਂ ਨੇ, ਅਤੇ ਫਿਰ ਸਾਨੂੰ ਤੁਸੀਂ ਜਿਹੜਾ ਆਪਣਾ ਜਿਹੜੀ ਤੁਸੀਂ ਰਿਪੋਰਟ ਆ ਉਹ ਵੀ ਮੰਥਲੀ ਸਾਨੂੰ ਬਕਾਇਦਾ ਭੇਜੋਗੇ ਕਿ ਅਸੀਂ ਫਲਾਣੀ ਫਲਾਣੀ ਜਗ੍ਹਾ 'ਤੇ ਇੰਨੇ ਸੈਂਪਲਿੰਗ ਕੀਤੀ, ਇੰਨੀ ਟੈਸਟਿੰਗ ਕੀਤੀ, ਉਹਦੇ ਆਹ ਰਿਜ਼ਲਟ ਨੇ, ਅਤੇ ਕਿਸੇ ਬੰਦੇ ਨਾਲ ਬੇਇਨਸਾਫੀ ਨਹੀਂ ਕਰਨੀ। ਇੱਕ ਚੀਜ਼ ਹੋਰ ਸੁਣ ਸਾਹਿਬ, ਤਿਉਹਾਰਾਂ ਦੇ ਦਿਨਾਂ ਦੇ ਵਿੱਚ ਜਾ ਕੇ ਤੁਹਾਡਾ ਸਿਸਟਮ ਜਾਂ ਪ੍ਰਸ਼ਾਸਨ ਆ ਜਿਹੜਾ ਇੱਕ ਵਾਰੀ ਜ਼ਰੂਰ ਜਾਗ ਜਾਂਦਾ, ਉਹ ਰਾਤ ਗਈ ਬਾਤ ਗਈ, ਉਸ ਤੋਂ ਬਾਅਦ ਫਿਰ ਉਹੀ ਕੰਮ ਚੱਲ ਪੈਂਦਾ, ਕੋਈ ਨਾ ਜਾਂਚ ਕਰਨ ਜਾਂਦਾ, ਬੜੀਆਂ ਸ਼ਿਕਾਇਤਾਂ ਆਉਂਦੀਆਂ। ਆਮ ਰੂਟੀਨ ਦੇ ਵਿੱਚ ਮਿਠਾਈ ਵਿਕਦੀ ਬੜੀ ਘੱਟ ਆ, ਜਾਂ ਤਾਂ ਵਰਤਾਂ ਵੇਲੇ ਵਿਕਦੀ ਆ, ਜਾਂ ਦੁਸਹਿਰੇ ਦਿਵਾਲੀ ਨੂੰ ਵਿਕਦੀ ਆ, ਜਾਂ ਫਿਰ ਹੋਰ ਤਾਂ ਕੋਈ ਦਿਨ ਹੁੰਦੇ ਨਹੀਂ ਆਮ ਤੌਰ 'ਤੇ ਮਿਠਾਈ ਵਾਲੇ, ਆਮ ਤੌਰ ਮਿਠਾਈ ਵਧੇ ਇਹਨਾਂ ਦਿਨਾਂ ਦੇ ਵਿੱਚ ਕੀ ਹੁੰਦਾ ਕਿ ਬਲਕ 'ਚ ਮਿਠਾਈ ਵਿਕਦੀ। ਢਾਬੇ ਪਰ ਰੈਸਟੋਰੈਂਟ ਸਾਰਾ ਸਾਲ ਚੱਲਦੇ ਨੇ ਜੀ? ਹਾਂ, ਢਾਬੇ ਰੈਸਟੋਰੈਂਟ ਤਾਂ ਅਸੀਂ ਉਹਨੂੰ ਚੈੱਕ ਕਰਦੇ ਵੀ ਰਹਿੰਦੇ ਹਾਂ, ਚੈੱਕ ਵੀ ਕਰਦੇ ਰਹਿੰਦੇ ਹਾਂ, ਜੇ ਕੋਈ ਖਾਣਾ ਖਰਾਬ ਹੁੰਦਾ ਤਾਂ ਖਿਲਾਫ਼ ਕਾਰਵਾਈ ਵੀ ਹੁੰਦੀ ਆ, ਅਤੇ ਲੋਕਾਂ ਨੂੰ ਵੀ ਲੋਕ ਵੀ ਸ਼ਿਕਾਇਤ ਕਰਦੇ ਨੇ, ਲੇਕਿਨ ਇਹਨਾਂ ਦਿਨਾਂ 'ਚ ਬਹੁਤ ਬਲਕ 'ਚ ਵਿਕਦੀ ਹੈ, ਜਿਵੇਂ ਅੱਜ ਮਿਠਾਈ ਬਣਾਈ ਸ਼ਾਮ ਤੱਕ ਵਿਕੀ, ਉਹਦੇ ਵਿੱਚ ਜ਼ਿਆਦਾ ਮਿਲਾਵਟ ਦੇ ਚਾਂਸ ਹੁੰਦੇ ਨੇ, ਅਤੇ ਜਿਹੜੀ ਲੰਬਾ ਸਮਾਂ ਦੁਕਾਨ 'ਤੇ ਪਈ ਰਹਿੰਦੀ ਆ ਉਹ ਮਿਠਾਈ ਖਰਾਬ ਨਹੀਂ ਹੁੰਦੀ। ਸੋ ਸਰ, ਇੱਕ ਚੀਜ਼ ਹੋਰ ਹੈ ਕਿ ਦੇਖਣ ਨੂੰ ਆਉਂਦਾ ਹੈ ਕਿ ਤੁਹਾਡਾ ਮਹਿਕਮਾ ਜਾਂਦਾ ਐਕਸ਼ਨ 'ਚ ਆਉਂਦਾ, ਪਰ ਉਹ ਉਸ ਤੋਂ ਬਾਅਦ ਪਤਾ ਲੱਗਦਾ ਵੀ ਕੋਈ ਕਾਰਵਾਈ ਹੋਈ ਨਹੀਂ, ਮਾਮਲਾ ਲਟਕ ਜਾਂਦਾ, ਉਹ ਤੁਰੰਤ ਐਕਸ਼ਨ ਕਰਨ ਦੇ ਲਈ ਕੀ ਤੁਸੀਂ ਕੁਛ ਕਰ ਰਹੇ ਹੋ ਜਾਂ ਫਿਲਹਾਲ ਮਾਮਲੇ ਲਟਕਦੇ ਕਿਉਂ ਆ, ਤੁਹਾਡੀ ਢਿੱਲ ਹੈ ਕਿਤੇ? ਕਾਨੂੰਨ ਬੜਾ ਲਚਕੀਲਾ ਹੈਗਾ, ਜਿਹੜਾ ਕਾਨੂੰਨ ਹੈ, ਅਸੀਂ ਪਹਿਲਾਂ ਉਹਦਾ ਸੈਂਪਲਿੰਗ ਕਰਦੇ ਹਾਂ, ਸੈਂਪਲਿੰਗ ਕਰਨ ਤੋਂ ਬਾਅਦ ਸਾਡੇ ਕੋਲ ਉੱਥੇ ਟੈਸਟ ਹੁੰਦਾ ਲੈਬ ਦੇ ਵਿੱਚ, ਇੱਥੇ ਮਹੀਨਾ ਇੱਕ ਲੈਬ 'ਚ ਲੱਗ ਜਾਂਦਾ, ਉਸ ਤੋਂ ਬਾਅਦ ਉਸ ਬੰਦੇ ਨੂੰ ਬਕਾਇਦਾ ਇੱਕ ਚਾਂਸ ਹੁੰਦਾ ਕਿ ਵੀ ਉਹ 1 ਮਹੀਨੇ ਦੇ ਅੰਦਰ ਜਿਹੜੀ ਗਾਜ਼ੀਆਬਾਦ ਦੀ ਲੈਬ ਹੈ ਉਹ ਆਪਣੇ ਤੌਰ 'ਤੇ ਆਪਣਾ ਖਰਚਾ ਕਰਕੇ ਉਹ ਉੱਥੋਂ ਟੈਸਟਿੰਗ ਕਰਾ ਸਕਦਾ, ਲੇਕਿਨ ਉਹ ਸੈਂਪਲ ਅਸੀਂ ਉੱਥੋਂ ਭੇਜਦੇ ਹਾਂ ਅਤੇ ਉੱਥੋਂ ਟੈਸਟ ਹੋ ਜਾ। ਉੱਥੇ ਕਈ ਵਾਰੀ ਹੁੰਦਾ ਕਿ ਉਹ ਲੰਬਾ ਸਮਾਂ ਉਹਨੂੰ ਟਪਾ ਦਿੰਦੇ ਨੇ, ਜਾਂ ਉਹ ਬੰਦਾ ਉੱਥੇ ਅਪਰੋਚ ਕਰਕੇ ਜਾਂ ਕੋਈ ਸਿਸਟਮ ਬਣਾ ਕੇ ਉਹ ਜਿਹੜਾ ਉਹ ਸਜ਼ਾ ਦੇਣ ਵਾਲਾ ਸਿਸਟਮ ਆ ਉਹ ਲੰਬਾ ਹੋ ਜਾਂਦਾ, ਪ੍ਰੋਸੈਸ ਲੰਬਾ ਹੋ ਜਾਂਦਾ, ਉਹ ਤੱਕ ਗੱਲ ਬਿਲਕੁਲ ਖਤਮ ਹੋ ਜਾਂਦੀ ਹੈ। ਅਸੀਂ ਮੈਂ ਸੋਚਦਾ ਵੀ ਜਿਹੜੇ ਬੰਦੇ ਨੂੰ ਅਸੀਂ ਜਿਹੜੀ ਸਾਡੀ ਲੈਬ ਹੀ ਹੈ ਉਹਦੇ 'ਚ ਹੀ ਅਸੀਂ ਡਬਲ ਜਿਹੜਾ ਟੈਸਟ ਸੈਂਪਲਿੰਗ ਡਬਲ ਟੈਸਟ ਕਰੀਏ ਤਾਂ ਕਿ ਜਲਦੀ ਇਹਦਾ ਰਿਜ਼ਲਟ ਆ ਜਾਵੇ ਅਤੇ ਜਲਦੀ ਜਿਹੜਾ ਬੰਦਾ ਦੋਸ਼ੀ ਆ ਉਹਦੇ ਖਿਲਾਫ਼ ਕਾਰਵਾਈ ਕੀਤੀ ਜਾਵੇ। ਕੋਈ ਅਮੈਂਡਮੈਂਟ ਕਰਨ ਦੀ ਤਿਆਰੀ ਹੈ? ਅਮੈਂਡਮੈਂਟ ਕੀਤੀ ਜਾਵੇ ਜਿਹੜਾ ਤੁਸੀਂ ਕਹਿੰਦੇ ਲਚਕੀਲਾ ਕਾਨੂੰਨ ਹੈ, ਜੇ ਲਚਕੀਲਾ ਤਾਂ ਉਹਨੂੰ ਠੀਕ ਕਿਹਨੇ ਕਰਨਾ? ਅਸੀਂ ਕੈਬਨਿਟ 'ਚ ਗੱਲ ਕਰਾਂਗੇ ਤਾਂ ਕਿ ਮੈਂ ਆਪਣੇ ਸਰਕਾਰ ਆਪਣੇ ਵੱਲੋਂ ਇੱਕ ਮੈਂਬਰ ਨੂੰ ਬਣਾ ਕੇ ਜ਼ਰੂਰ ਭੇਜਾਂਗਾ, ਸੀ ਐਮ ਸਾਹਿਬ ਨੂੰ ਨੋਟਿਸ ਬਣਾ ਕੇ ਭੇਜਾਂਗੇ ਕਿ ਸਾਨੂੰ ਇਹ ਲੈਂਥੀ ਜਿਹੜਾ ਪ੍ਰੋਗਰਾਮ ਹੈ ਇਹਨੂੰ ਛੋਟਾ ਕਰਨ ਦੀ ਜ਼ਰੂਰਤ ਹੈਗੀ ਹੈ, ਤਾਂ ਕਿ ਜਿਹੜੇ ਦੇਖੋ ਇੱਕ ਪਾਸੇ ਨਹੀਂ ਹੈਗਾ, ਇੱਕ ਪਾਸੇ ਨਹੀਂ ਕਿ ਬੰਦੇ ਨੂੰ ਅਸੀਂ ਸਜ਼ਾ ਦੇਣ ਵਾਸਤੇ ਕਰ ਰਹੇ ਹਾਂ, ਅਸੀਂ ਉਸ ਬੰਦੇ ਭਲੇ ਵਾਸਤੇ ਵੀ ਕਰ ਰਹੇ ਹਾਂ। ਜੇ ਉਹ ਬੰਦਾ ਦੋਸ਼ੀ ਨਹੀਂ ਹੈਗਾ, ਉਹਨੂੰ ਉਹਨੇ ਆਪਾਂ ਕੋਈ ਗਲਤੀ ਨਹੀਂ ਕੀਤੀ ਤਾਂ ਉਹਨੂੰ ਵੀ 15-20 ਦਿਨਾਂ 'ਚ 25 ਦਿਨਾਂ 'ਚ ਇਨਸਾਫ਼ ਮਿਲ ਜੇ, ਅਤੇ ਜੇ ਉਹਨੇ ਗਲਤੀ ਕੀਤੀ ਹੈ ਤਾਂ ਉਹ ਜਿਹੜਾ ਲੀਗਲ ਪ੍ਰੋਸੈਸ ਹੈ ਜਾਂ ਕੋਰਟ ਦਾ ਹੈਗਾ ਉਹ ਨਾਲ ਜਾਂ ਸਟਾਰਟ ਹੋ ਜੇ। ਇੱਕ ਮਿਲਾਵਟਖੋਰੀ ਨੂੰ ਲੈ ਕੇ ਜਿਹੜੇ ਇਸ ਤਰ੍ਹਾਂ ਦੇ ਲੋਕ ਨੇ ਉਹਨੂੰ ਲੈ ਕੇ ਬੜੀ ਲੰਬੇ ਸਮੇਂ ਤੋਂ ਮੰਗ ਹੈ ਕਿ ਸਭ ਤੋਂ ਸਖ਼ਤ ਸਜ਼ਾ ਇਹਨਾਂ ਲਈ ਹੋਣੀ ਚਾਹੀਦੀ ਹੈ, ਕਿਉਂਕਿ ਦੁੱਧ ਮੰਨ ਲਓ ਦੁੱਧ ਮਿਲਾਵਟੀ ਹੈ, ਮਾਸੂਮ ਛੋਟੇ ਛੋਟੇ ਬੱਚਿਆਂ ਨੇ ਵੀ ਦੁੱਧ ਪੀਣਾ ਹੁੰਦਾ ਅਤੇ ਉਹ ਕਿੰਨਾ ਸਿਹਤ 'ਤੇ ਬੁਰਾ ਅਸਰ ਪੈਂਦਾ ਜਾਂ ਇਸ ਤਰ੍ਹਾਂ ਦੀਆਂ ਹੋਰ ਮਿਲਾਵਟੀ ਚੀਜ਼ਾਂ? ਕੱਲ੍ਹ ਦੀ ਗੱਲ ਦੱਸਦਾ, ਕੱਲ੍ਹ ਮੇਰੇ ਕੋਲ ਇੱਕ ਵੀਡੀਓ ਸੀ, ਮੈਂ ਦੇਖੀ, ਸ਼ਾਇਦ ਤੁਸੀਂ ਵੀ ਦੇਖੀ ਹੋਣੀ ਆ, ਮੈਨੂੰ ਕਹਿੰਦੇ ਸਪੈਸ਼ਲ ਭੇਜੀ ਉਹ ਵੀਡੀਓ। ਉਸ ਵੀਡੀਓ ਦੇ ਵਿੱਚ ਕੀ ਸੀ ਕਿ ਉਹਨਾਂ ਨੇ 1/2 ਕਿਲੋ ਦੁੱਧ ਦੇ ਨਾਲ 10 ਕਿਲੋ ਦੁੱਧ ਤਿਆਰ ਕਰ ਲੈਂਦੇ ਆ, ਔਰ ਉਹ ਬਿਹਾਰ ਦੀ ਸੀਗੀ ਵੀਡੀਓ, ਕਿਤੇ ਬਣੀ ਹੋਈ ਸੀ ਬਿਹਾਰ ਸਟੇਟ ਦੀ ਸੀ, ਅਤੇ 10 ਕਿਲੋ ਦੁੱਧ ਤਿਆਰ ਹੁੰਦਾ, ਕੁਇੰਟਲ ਦੁੱਧ 10 ਕਿਲੋ ਦੁੱਧ ਪੰਜ ਦੁੱਧ ਨਾਲ ਤਿਆਰ ਕਰ। ਐਸੇ ਲੋਕ ਫਿਰ ਇੱਥੇ ਵੀ ਹੋਣਗੇ ਜੀ? ਇੱਥੇ ਵੀ ਸੀਗੇ, ਇਸ ਕਰਕੇ ਹੁਣ ਉਹਦੇ ਸਖ਼ਤੀ ਹੋਣ ਕਰਕੇ ਇਸ ਵੇਲੇ ਬਹੁਤ ਵਧੀਆ ਤਰੀਕਾ ਹੈ ਕਿ ਕਿਸਾਨ ਦੇ ਦੁੱਧ ਦਾ ਰੇਟ ਇਸ ਵੇਲੇ ਠੀਕ ਹੈਗਾ, ਸਾਨੂੰ ਵਧੀਆ ਕਿਸਾਨ ਨੂੰ ਹਾਲੇ ਥੋੜ੍ਹਾ ਜਿੰਨੀ ਕਿਸਾਨ ਦੀ ਮਿਹਨਤ ਆ ਉਹਨਾਂ ਪੈਸਾ ਨਹੀਂ ਕਿਸਾਨ ਨੂੰ ਮਿਲ ਰਿਹਾ, ਜਿਵੇਂ ਹੁਣ ਜੇ ਪੂਰਾ A2 ਮਿਲਕ ਜਿਹਨੂੰ ਆਪਾਂ ਕਹਿੰਦੇ ਹਾਂ ਜਾਂ ਆਪਾਂ ਬਹੁਤ ਵਧੀਆ ਦੁੱਧ ਕਹਿੰਦੇ ਹਾਂ, ਉਸ ਦੁੱਧ 'ਤੇ ਘੱਟੋ ਘੱਟ ਵੀ 40 ਰੁਪਏ ਕੋਸਟ ਆਉਂਦੇ ਪਰ ਕੇਜੀ ਕਿਸਾਨ ਦੀ, ਅਤੇ ਉਹਨੂੰ ਕਿਸਾਨ ਨੂੰ ਜੇ ਉਹ ਪਸ਼ੂ ਦਾ ਪ੍ਰੋਪਰ ਜੇ ਆਪਾਂ ਦੇਣਾ ਇਹ ਦੁੱਧ 50-60 ਰੁਪਏ ਤੋਂ ਘੱਟ ਨਹੀਂ ਵਿਕਣਾ ਚਾਹੀਦਾ, ਜਿਹੜਾ 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 ਗਊਆਂ ਦਾ ਹੈਗਾ, ਮੱਝ 60 ਰੁਪਏ ਤੋਂ ਥੱਲੇ ਨਾ ਹੋਵੇ ਅਤੇ ਗਾਂ ਦਾ 40 ਰੁਪਏ ਤੋਂ ਉੱਪਰ ਰੇਟ ਹੋਵੇ, ਫਿਰ ਕਿਸਾਨ ਥੋੜ੍ਹਾ ਵਾਇਬਲ ਬਣਦਾ। ਸੋ ਸਰ, ਲਾਸਟ ਦੇ ਵਿੱਚ ਇੱਕ ਸੁਨੇਹਾ ਦੇ ਦਿਓ ਜਿਹੜੇ ਕੋਈ ਮਿਲਾਵਟਖੋਰੀ ਕਰਦੇ ਨੇ ਕਿ ਸਰਕਾਰ ਹੈ ਜਿਹੜੀ ਆਉਣ ਵਾਲੇ ਦਿਨਾਂ ਵਿੱਚ ਕਿੰਨੀ ਸਖ਼ਤੀ ਉਹਨਾਂ 'ਤੇ ਕਰ ਸਕਦੀ ਹੈ ਔਰ ਉਹਨਾਂ ਨੂੰ ਕਿੰਨੀ ਸਜ਼ਾ ਹੋ ਸਕਦੀ ਹੈ ਅਤੇ ਕਿੰਨਾ ਜੁਰਮਾਨਾ ਹੋ ਸਕਦਾ ਜੇ ਕੋਈ ਮਿਲਾਵਟ ਕਰਦਾ ਫੜਿਆ ਜਾਂਦਾ? ਦੇਖੋ, ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ, ਮੈਂ ਬਕਾਇਦਾ ਅਖਬਾਰਾਂ 'ਚ ਅਪੀਲ ਵੀ ਕੀਤੀ ਹੈ
ਤੇ ਜਿਹੜੇ ਬੰਦੇ ਸਹੀ ਕੰਮ ਕਰਨਗੇ ਅਸੀਂ ਉਹਨਾਂ ਨੂੰ ਸਨਮਾਨ ਵੀ ਕਰਾਂਗੇ। ਜਿਹੜੇ ਬੰਦੇ ਸਹੀ ਕੰਮ ਕਰ ਰਹੇ ਨੇ, ਜੇ ਕਿਤੇ ਬਾਈ ਦੀ ਕਿਸੇ ਕੋਲ ਗਲਤੀ ਅਣਜਾਣੇ 'ਚ ਹੋ ਜਾਂਦੀ ਹੈ, ਅਸੀਂ ਉਹਨੂੰ ਬਕਾਇਦਾ ਇਨਸਾਫ਼ ਵੀ ਦੇਵਾਂਗੇ, ਪਰ ਜਿਹੜੇ ਬੰਦੇ ਜਾਣ ਬੁੱਝ ਕੇ ਇਹ ਕੰਮ ਕਰਨਗੇ ਉਹਦੇ ਖਿਲਾਫ਼ ਸਖ਼ਤ ਕਾਰਵਾਈ ਕਰਾਂਗੇ। ਤਾਂ ਹੁਣ ਮਿਲਾਵਟਖੋਰਾਂ ਨੂੰ ਚੇਤਾਵਨੀ ਸਿੱਧੀ ਦਿੱਤੀ ਜਾ ਰਹੀ ਹੈ ਪੰਜਾਬ ਦੇ ਸਿਹਤ ਮੰਤਰੀ ਦੇ ਵੱਲੋਂ ਕਿ ਮਿਲਾਵਟਖੋਰੀ ਬੰਦ ਕਰ ਦਿਓ, ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਰਨਾ ਬੰਦ ਕਰ ਦਿਓ, ਨਹੀਂ ਤਾਂ ਸਰਕਾਰ ਹੁਣ ਸਖ਼ਤੀ ਦੇ ਮੂਡ ਦੇ ਵਿੱਚ ਹੈ ਔਰ ਸਜ਼ਾ ਦੇ ਨਾਲ ਨਾਲ 10 ਲੱਖ ਤੱਕ ਰੁਪਏ ਦਾ ਜੁਰਮਾਨਾ ਹੋ ਸਕਦਾ ਕੋਈ ਵੀ ਮਿਲਾਵਟਖੋਰ ਫੜਿਆ ਗਿਆ ਤਾਂ। ਔਰ ਇਸ ਦੇ ਨਾਲ ਹੀ ਢਾਬੇ ਅਤੇ ਰੈਸਟੋਰੈਂਟ ਵਾਲਿਆਂ ਨੂੰ ਰਜਿਸਟਰਡ ਕਰਾਉਣ ਦੇ ਲਈ ਸਮਾਂ ਦਿੱਤਾ ਗਿਆ ਔਰ ਟੈਸਟਿੰਗ ਜਿਹੜੇ ਉਹਨਾਂ ਦੇ ਸਟਾਫ ਹੈ ਉਹਨਾਂ ਸਾਰਿਆਂ ਨੂੰ ਆਪਣੇ ਫਿਟਨੈਸ ਸਰਟੀਫਿਕੇਟ ਆ ਜਿਹੜੇ ਉਹ ਵੀ ਲੈਣੇ ਪੈਣਗੇ ਤਾਂ ਕਿ ਐਸਾ ਨਾ ਹੋਵੇ ਕਿ ਉਹਨਾਂ ਦੇ ਢਾਬੇ ਜਾਂ ਰੈਸਟੋਰੈਂਟ 'ਤੇ ਖਾਣਾ ਖਾ ਕੇ ਜਾਂ ਕੋਈ ਹੋਰ ਚੀਜ਼ ਖਾ ਕੇ ਹੋਰ ਲੋਕ ਜਿਹੜੇ ਨੇ ਉਹ ਕਿਧਰੇ ਬਿਮਾਰ ਨਾ ਹੋ ਜਾਣ। ਕੈਮਰਾਮੈਨ ਸੰਦੀਪ ਦੇ ਨਾਲ ਨਰਿੰਦਰ ਸਿੰਘ ਬਰਾ, ਨਿਊਜ਼ 18 ਚੰਡੀਗੜ੍ਹ।